ਅਸਲਾਮੁਆਲੇਕ ਸਿਆਸੀ ਡੈਰਾ ਤੇ ਖੁਸ਼ ਆਮਦੇਦ ਹਜ਼ੂਰ ਸਾਡੀ ਦੁਆਏ ਕਿ ਤੁਸੀਂ ਜਿੱਥੇ ਵੀ ਤਸ਼ਰੀਫ ਫਰਮਾਓ ਅੱਲਾਹ ਪਾਕ ਤੁਹਾਡੇ ਤੇ ਆਪਣਾ ਖਾਸ ਫਜ਼ਲ ਔਰ ਰਹਿਮ فرمਾਈ ਤੇ ਮਿਠਾ ਜੀ ਵਡੀਆਂ ਖਬਰਾਂ ਇੱਕ ਵਾਰੀ ਫੇਰ ਲੈ ਕੇ ਮੈਂ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹੋ ਚੁੱਕਿਆ ਬਹੁਤ ਜ਼ਿਆਦਾ ਹਲਚਲ ਜਿਹੜੀ ਹੈ ਬੜੀ ਤੇਜ਼ੀ ਦੇ ਨਾਲ ਇਸਲਾਮਾਬਾਦ ਦੇ ਵਿੱਚ ਹੋ ਰਹੀ ਹੈ ਸਪੀਕਰ ਸਾਹਿਬ ਨੇ ਸੌਦੀ ਸਪੀਡ ਜਿਹੜੀ ਉਹ ਫੜ ਲਈਏ ਅੱਜ ਫੇਰ ਸਪੀਕਰ ਸਾਹਿਬ ਨੇ ਬਹੁਤ ਵੱਡਾ ਧਮਾਕਾ ਕੀਤਾ ਜਿਹੜਾ ਅਸੀਂ ਤੁਹਾਡੇ ਸਾਹਮਣੇ ਰੱਖਣਾ ਕੱਲ ਵੀ ਕੀਤਾ ਅੱਜ ਵੀ ਕੀਤਾ ਔਰ ਅੱਜ ਸਦਰ ਜ਼ਰਦਾਰੀ ਸਾਹਿਬ ਨੇ ਵੀ ਕਮਾਲ ਕਰ ਦਿੱਤਾ ਵਫਾਕੀ ਕਵੀਨਾ ਨੇ ਵੀ ਕਮਾਲ ਕੀਤਾ ਔਰ ਇਹਦੇ ਨਾਲ ਨਾਲ ਲਾਹੌਰ ਜਲਸੇ ਦੇ ਬਾਰੇ ਵੀ ਅਸੀਂ ਕੁਝ ਤੁਹਾਨੂੰ ਦੱਸਾਂਗੇ ਔਰ ਕਾਫੀ ਚੀਜ਼ਾਂ ਨੇ ਜਿਹੜੀਆਂ ਤੁਹਾਡੇ ਅਸੀਂ ਗੋਸ਼ਕੁਜ਼ਾਰ ਕਰਨੀਆਂ ਨੇ ਇਸ ਤੋਂ ਪਹਿਲੇ ਅਸੀਂ ਅੱਗੇ ਚਲੀਏ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਓ ਔਰ ਜ਼ਿਆਦਾ ਤੋਂ ਜ਼ਿਆਦਾ ਤੁਸੀਂ ਇਹਨੂੰ ਅਗਾ ਤਮਾਦਿਆ ਕਰੋ ਬੈਲ ਘੰਟੀ ਜਿਹੜੀ ਹੈ ਉਹ ਲਾਜ਼ਮੀ ਦਬਾਇਆ ਕਰੋ ਜਿਹੜੇ ਤੁਸੀਂ YouTube ਤੇ ਸਾਨੂੰ ਵੰਦੇ ਹੋ ਸਬਸਕ੍ਰਾਈਬ ਕਰਨ ਤੋਂ ਬਾਅਦ ਨਾਲ ਤੱਲੀ ਵਜਾਇਆ ਕਰੋ ਤੇ ਫੇਸਬੁੱਕ ਵਾਲੇ ਜਿਹੜੇ ਤੁਸੀਂ ਇਹਨੂੰ ਜਿਆਦਾ ਤੋਂ ਜਿਆਦਾ ਅਗਾਹ ਵੀ ਟੋਰਿਆ ਕਰੋ ਔਰ ਫਾਲੋ ਵੀ ਕਰਿਆ ਕਰੋ ਔਰ ਸਜਨਾ ਸੰਗੀਆਂ ਸਾਥੀਆਂ ਤੱਕ ਵੀ ਤੁਸੀਂ ਇਹਨੂੰ ਪਹੁੰਚਾਇਆ ਕਰੋ ਇਸ ਤੋਂ ਪਹਿਲੇ ਅਸੀਂ ਅੱਗੇ ਚਲੀਏ ਮੈਂ ਜਿਹੜੇ ਸਾਡੇ YouTube ਤੇ ਤੁਸੀਂ ਜਿੰਨੇ ਵੀ ਸਾਡੇ ਪਿਆਰ ਕਰਨ ਵਾਲੇ ਤੁਹਾਡੇ ਸਾਰਿਆਂ ਦਾ ਮੈਂ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਕਿ ਅੱਜ YouTube ਚੈਨਲ ਤੇ ਸਾਡੇ 3 ਲੱਖ ਸਬਸਕ੍ਰਾਈਬਰ ਜਿਹੜੇ ਨੇ ਉਹ ਮੁਕੰਮਲ ਹੋ ਚੁੱਕੇ ਨੇ ਔਰ ਇਹ ਸਾਰੀ ਕਾਮਯਾਬੀ ਜਿਹੜੀ ਹੈ ਇਹ ਮੈਂ ਤੁਹਾਡੇ ਨਾਮ ਕਰਨਾ ਜਿਨੇ ਵੀ ਤੁਸੀਂ ਸਾਨੂੰ YouTube ਤੇ ਵੰਦੇ ਹੋ ਇਹ ਇਹ ਅਗਰ ਅੱਜ ਅਸੀਂ ਕਾਮਯਾਬੀ ਦੀ ਤਰਫ ਜਾ ਰਹੇ ਹਾਂ ਆਪਣੇ ਵਤਨ ਦੀ ਖਾਤਰ ਆਪਣੀ ਕੌਮ ਦੀ ਖਾਤਰ ਤੇ ਤੁਹਾਡੇ ਤਵਾਵਨ ਦੇ ਨਾਲ ਹੀ ਇਹ ਸਾਰਾ ਕੁਝ ਹੋ ਰਿਹਾ ਤੇ ਇਹ ਤੁਸੀਂ 3 ਲੱਖ ਜਿਹੜੇ ਸਾਡੇ ਸਬਸਕ੍ਰਾਈਬਰ ਹੋ ਤੁਹਾਨੂੰ ਮੇਰਾ ਢੇਰ ਸਾਰਾ ਸਲਾਮ ਅੱਲਾਹ ਬਾਕ ਤੁਹਾਨੂੰ ਸੇ ਤੰਦਰੁਸਤੀ ਚ ਰੱਖੇ ਤੁਹਾਡੇ ਵਾਲਦਾਇਨ ਨੂੰ ਸੇ ਤੰਦਰੁਸਤੀ ਚ ਰੱਖੇ ਤੁਹਾਡੇ ਕਾਰੋਬਾਰ ਵਿੱਚ ਬਰਕਤ ਫਰਮਾਏ ਔਰ ਤੁਸੀਂ ਇਸੇ ਤਰ੍ਹਾਂ ਹੀ ਸਿਆਸੀ ਡੇਰਾ YouTube ਦੇ ਨਾਲ ਜੁੜੇ ਰਹੋ ਐ ਔਰ ਅਸੀਂ ਇਮਾਨਦਾਰੀ ਦੇ ਨਾਲ ਤੁਹਾਡੇ ਨਾਲ ਅਸੀਂ ਵੀ ਜੁੜੇ ਆ ਮਿਹਨਤ ਕਰੀਦੀਏ ਔਰ ਤੁਹਾਡੇ ਤੱਕ ਖਬਰਾਂ ਪਹੁੰਚਾਈ ਦੀਆਂ ਨੇ ਔਰ ਬਗੈਰ ਕਿਸੇ ਖੌਫ ਤੋਂ ਔਰ ਬਗੈਰ ਕਿਸੇ ਖਤਰੇ ਤੋਂ ਤੁਹਾਡੇ ਤੱਕ ਅਸੀਂ ਅਸਲ ਹਕੀਕਤ ਅੰਦਰ ਦੀ ਖਬਰ ਪਹੁੰਚਾਉਣ ਦੀ ਕੋਸ਼ਿਸ਼ ਕਰਨੇ ਔਰ ਬਾਜ਼ ਦਫਾ ਅਸੀਂ ਐਸੀਆਂ ਖਬਰਾਂ ਵੀ ਤੁਹਾਡੇ ਤੱਕ ਪਹੁੰਚਾਉਣੇ ਆ ਜਿਹੜਾ ਕੋਈ ਜੁਰਤ ਨਹੀਂ ਕਰ ਸਕਦਾ ਤੇ ਤੁਸੀਂ ਜਿਹੜੇ 3 ਲੱਖ ਹੋ ਸਾਡੇ YouTube ਦੇ ਸਬਸਕ੍ਰਾਈਬਰ ਐ ਟੇਰ ਸਾਰਾ ਸਲਾਮ ਪਿਆਰ ਲਵ ਅੱਲਾਹ ਬਾਕ ਤੁਹਾਨੂੰ ਖੁਸ਼ ਰੱਖੇ ਤੇ ਇਸੇ ਤਰ੍ਹਾਂ ਤੁਸੀਂ ਇਹਨੂੰ ਜਿਆਦਾ ਤੋਂ ਜਿਆਦਾ ਸਬਸਕ੍ਰਾਈਬ ਕਰਦੇ ਰਹੋ ਔਰ ਅੱਗੇ ਤੁਸੀਂ ਇਹਨੂੰ ਟੋਰਦੇ ਰਹੋ ਤੇ Facebook ਬੁੱਕ ਵਾਲੇ ਤੁਹਾਡੀ ਰਾਤੀ ਵੀ ਕੋਈ ਨਹੀਂ ਜਮਿਆ ਮੇਰੇ ਖਿਆਲ ਦੇ ਮੁਤਾਬਕ ਅਸੀਂ 5 ਲੱਖ ਦੇ ਕਰੀਬ ਪਹੁੰਚ ਚੁੱਕੇ ਹਾਂ ਤੇ Facebook ਵਾਲੇ ਵੀ ਜਿਹੜੇ ਤੁਸੀਂ ਜਿਆਦਾ ਤੋਂ ਜਿਆਦਾ ਇਹਨੂੰ ਅੱਗੇ ਟੋਰੋ ਔਰ ਇਸੇ ਮਹੀਨੇ ਦੇ ਵਿੱਚ 5 ਲੱਖ ਫਾਲੋਅਰ ਜਿਹੜੇ ਨੇ ਤੁਸੀਂ ਉਹਨੂੰ ਕਰ ਦਿਓ ਅ ਅੱਛਾ ਜੀ ਸ਼ਬਾਜ਼ ਗਿਲ ਦੀ ਬੀਵੀ ਨਿਕਲ ਗਈ ਇਹ ਕੀ ਮਾਮਲਾ ਇਹ ਦੱਸਨੇ ਆ ਸਦਰ ਜ਼ਰਦਾਰੀ ਨੇ ਖੜਾਕ ਕਰ ਦਿੱਤਾ ਵੱਡੀ ਖਬਰ ਹੈ ਤੇ ਸਪੀਕਰ ਨੇ ਤਰੀਕ ਇਨਸਾਫ ਖਤਮ ਕਰ ਦਿੱਤੀ ਇਹ ਉਸ ਤੋਂ ਵੀ ਵੱਡੀ ਖਬਰ ਹੈ ਚਲੋ ਸਭ ਤੋਂ ਪਹਿਲੇ ਅਸੀਂ ਸਪੀਕਰ ਸਾਹਿਬ ਤੋਂ ਸ਼ੁਰੂ ਕਰਨੇ ਆ ਸਪੀਕਰ ਨੇ ਤਰੀਕ ਇਨਸਾਫ ਨੂੰ ਖਤਮ ਕਰ ਦਿੱਤਾ ਯਾਨੀ ਕਿ ਚੁੱਕ ਕੇ ਬਾਹਰ ਮਾਰ ਦਿੱਤਾ ਮਤਲਬ ਕਿ ਸਾਰਾ ਖਾਤਾ ਛਾਬੜਾ ਖਤਮ ਕਰ ਦਿੱਤਾ ਮਾਮਲਾ ਕੀ ਸਪੀਕਰ ਅਯਾਜ਼ ਸਾਦਕ ਕੌਮੀ ਅਸੈਂਬਲੀ ਅ ਦੇ ਵਿੱਚ ਤੁਹਾਨੂੰ ਪਤਾ ਹੈ ਅ ਦੋ ਕਿੰਨੇ 12 ਜੁਲਾਈ ਨੂੰ ਸੁਪਰੀਮ ਕੋਰਟ ਦੇ ਅੱਠ ਮੋਰੇ ਜੱਜਾਂ ਨੇ ਇੱਕ ਗੰਦਾ ਫੈਸਲਾ ਦਿੱਤਾ ਔਰ ਉਸ ਤੋਂ ਬਾਅਦ ਪਾਰਲੀਮੈਂਟ ਜਿਹੜੀ ਹੈ ਉਹ ਹਰਕਤ ਦੇ ਵਿੱਚ ਆਈ ਜਿਸ ਤਰ੍ਹਾਂ ਮੈਂ ਤੁਹਾਨੂੰ ਹਮੇਸ਼ਾ ਕਹਿੰਦਾ ਸੀ ਕਿ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਪਾਰਲੀਮੈਂਟ ਦੇ ਵਿੱਚ ਤੁਸੀਂ ਕੁਰਾਨੇ ਪਾਕ ਤੇ ਹਲਫ ਨਾਮੇ ਲਿਖ ਕੇ ਚੁੱਕ ਕੇ ਤੇ ਸਪੀਕਰ ਨੂੰ ਜਮਾ ਕਰਾਏ ਹੋਣ ਕਿ ਅਸੀਂ ਜਿਹੜੇ 80 ਅਰਾਕੀਨ ਆ ਆਜ਼ਾਦ ਅਸੀਂ ਅੱਲਾ ਨੂੰ ਹਾਜ਼ਰ ਨਾਜ਼ਰ ਕਰਕੇ ਤੇ ਅਸੀਂ ਸੁਨਨੀ ਤਾਦ ਕੌਂਸਲੇ ਚ ਜਾ ਰਹੇ ਆ ਤੇ ਸਾਡੀ ਜਾਇਨਿੰਗ ਜਿਹੜੀ ਹੈ ਇੱਕ ਕਬੂਲ ਕੀਤੀ ਜਾਏ। ਔਰ ਸਪੀਕਰ ਨੇ ਉਹ ਜਿਹੜੇ ਇਹਨਾਂ ਨੇ ਕੁਰਾਨੇ ਪਾਕ ਤੇ ਹਲਫ ਉਠਾਈ ਸੀ ਉਹਦੇ ਸਾਕਤਾਬ ਦੇ ਵਿੱਚ ਇਹਨਾਂ ਦਾ ਉਹ تسلیم ਕਰ ਲਿਆ ਔਰ 80 ਆਕੀਨ ਜਿਹੜੇ ਨੇ ਆਜ਼ਾਦ ਇਹ ਸੁਨਿਤ ਹਾਦ ਕੌਂਸਲ ਚਲੇ ਗਏ ਕੁਰਾਨੇ ਪਾਕ ਤੇ ਹਲਫ ਉਠਾ ਕੇ ਔਰ ਉਸ ਤੋਂ ਬਾਅਦ ਫਿਰ ਕੀ ਹੁੰਦਾ ਕਿ ਸੁਪਰੀਮ ਕੋਰਟ ਚ ਕੇਸ ਚੱਲਦਾ ਕੇਸ ਸੁਨਿਤ ਹਾਦ ਕੌਂਸਲ ਲੈ ਕੇ ਗਏ ਸੀ ਲੇਕਿਨ ਤਰੀਕੇ ਇਨਸਾਫ ਜਿਹਦਾ ਵਜੂਦ ਹੀ ਨਹੀਂ ਸੀ ਪਾਰਲੀਮੈਂਟ ਚ ਉਹਨੂੰ 39 ਨਿਸ਼ਿਸ਼ਤਾ ਦੇ ਦਿੱਤੀਆਂ ਕਿ ਇਹਨਾਂ ਨੂੰ 39 ਨਿਸ਼ਿਸ਼ਤਾ ਦੇ ਦਿਓ ਔਰ ਇਹਨਾਂ ਦਾ ਵਜੂਦ ਜਿਹੜਾ ਉਹ ਅਸੈਂਬਲੀ ਦੇ ਵਿੱਚ ਰਹਿਣਾ ਚਾਹੀਦਾ ਮਤਲਬ ਕਿ ਉਹ ਬੰਦੇ ਆਜ਼ਾਦ ਜਿੱਤੇ ਨੇ ਔਰ ਕੁਰਾਨੇ ਪਾਕ ਤੇ ਹਲਫ ਦੇ ਕੇ ਸਪੀਕਰ ਨੂੰ ਉਹ ਹਲਫਨਾਮੇ ਜਮ੍ਹਾਂ ਕਰਾ ਕੇ ਸੁਨੀਤ ਹਾਦ ਕੌਂਸਲ ਵਿੱਚ ਵੜ ਚੁਕੇ ਨੇ ਤੇ ਸੁਪਰੀਮ ਕੋਰਟ ਦੇ 8 ਜੱਜ ਕਿਸ ਤਰ੍ਹਾਂ ਉਹ ਕੁਰਾਨੇ ਪਾਕ ਦਾ ਹਲਫਨਾਮਾ ਜਿਹੜਾ ਉਹ ਖਤਮ ਕਰਕੇ ਤੇ ਉਹਨਾਂ ਨੂੰ ਵਾਪਸ ਉਸ ਜਮਾਤ ਵਿੱਚ ਵਾੜ ਸਕਦੇ ਨੇ ਜਿਸ ਜਮਾਤ ਦੇ ਉੱਤੇ ਉਹ ਨਾ ਇਲੈਕਸ਼ਨ ਲੜ ਕੇ ਆਏ ਨੇ ਨਾ ਕੋ ਅੱਗੇ ਨਾ ਕੋ ਪਿੱਛੇ ਨਾ ਇنتਖਾਬੀ ਨਿਸ਼ਾਨ ਹੈ ਮਤਲਬ ਤੁਸੀਂ ਤੁਸੀਂ ਸੋਚੋ ਨਾ ਕਿ ਇਹ ਕਿੰਨਾ ਗੰਦਾ ਔਰ ਘਟਿਆ ਫੈਸਲਾ ਸੀ ਅੱਠ ਮੌਰੀਜਾਂ ਦਾ ਔਰ ਮੈਂ ਉਸ ਦਿਨ ਤੋਂ ਕਹਿ ਰਿਹਾ ਸੀ ਕਿ ਇਹ ਨਹੀਂ ਹੋ ਸਕਦਾ ਔਰ ਉਹੀ ਫਿਰ ਕੱਲ ਹੋਇਆ ਸਪੀਕਰ ਸਾਹਿਬ ਨੇ ਖਤ ਲਿਖਿਆ ਇਲੈਕਸ਼ਨ ਕਮਿਸ਼ਨ ਆਫ ਪਾਕਿਸਤਾਨ ਨੂੰ ਐ ਔਰ ਉਹਨਾਂ ਨੂੰ ਕਿਹਾ ਕਿ ਸਾਡੀਆਂ ਜਿਹੜੀਆਂ ਇਹ 22 ਨਿਸ਼ਿਸ਼ਤਾ ਨੇ ਤਰੀਕ ਇਨਸਾਫ ਵਾਲੀਆਂ ਐ ਮਕਸੂਸ ਨਿਸ਼ਿਸ਼ਤਾ ਇੱਕ ਕੌਮੀ ਅਸੈਂਬਲੀ ਦੇ ਵਿੱਚ ਦੂਸਰੀਆਂ ਜਮਾਤਾਂ ਨੂੰ ਤਕਸੀਮ ਕਰ ਦਿੱਤੀਆਂ ਜਾਣ ਜਿਦੇ ਵਿੱਚ 10-12 ਐ ਆਪਣਾ ਅ ਨੂਨ ਲੇਗ ਨੂੰ ਆਣੀ ਆ ਕੁਸਾ 8 ਪੀਪਲਸ ਪਾਰਟੀ ਨੂੰ ਕੋ ਇਸ ਤਰ੍ਹਾਂ ਕੋਈ ਇੱਕ ਦੋ ਜਯੂਆਈ ਨੂੰ ਇਸ ਤਰ੍ਹਾਂ ਕਰਕੇ ਵੰਡ ਵੰਡਈਆ ਕਰਕੇ ਤੇ ਉਹ ਸਾਰੀਆਂ ਜਮਾਤਾਂ ਚ ਤਕਸੀਮ ਹੋਣੀ ਆ ਔਰ ਉਸ ਤੋਂ ਬਾਅਦ ਦੋ ਤਹਾਈ ਇੱਕ ਸਰੀਰ ਜਿਹੜੀ ਹੈ ਉਹ ਖੁੱਲ ਮ ਖੁੱਲਾ ਹਕੂਮਤ ਤੇ ਪਾਕਿਸਤਾਨ ਦੇ ਕੋਲ ਪਹੁੰਚ ਜਾਂਦੀ ਹੈ ਮਿਲ ਜਾਂਦੀ ਹੈ ਐ ਸਪੀਕਰ ਨੇ ਖਤ ਲਿਖਿਆ ਕਿ ਸਾਡੀਆਂ ਸੀਟਾਂ ਦਿੱਤੀਆਂ ਜਾਣ ਐ ਤਾਂ ਕਿ ਜਿਹੜਾ ਪਾਰਲੀਮੈਂਟ ਨੇ ਕਾਨੂੰਨ ਬਣਾਇਆ ਉਹਦੇ ਤੇ ਅਮਲ ਦਰਾਮਦ ਹੋਏ ਔਰ ਗੱਲ ਨੂੰ ਅੱਗੇ ਲੈ ਕੇ ਚੱਲਿਆ ਜਾ ਇਹਨਾਂ ਮਾਮਲਾ ਇਲੈਕਸ਼ਨ ਕਮਿਸ਼ਨ ਕੋਲ ਚਲਾ ਗਿਆ ਉਮੀਦ ਬੜੀ ਹੈ ਕਿ ਅੱਜ ਕੱਲ ਦੇ ਵਿੱਚ ਇਹ ਫੈਸਲਾ ਹੋ ਜਾਏਗਾ ਲੇਕਿਨ ਅੱਜ ਹੌਂ ਸਪੀਕਰ ਨੇ ਕੀ ਖੜਾਕ ਕੀਤਾ ਜਿਹੜਾ ਮੈਂ ਕਹਿ ਰਿਹਾ ਕਿ ਸਪੀਕਰ ਨੇ ਤਰੀਕ ਇਨਸਾਫ ਖਤਮ ਕਰ ਦਿੱਤੀ ਇਹ ਅੱਜ ਕਮਾਲ ਕੀਤਾ ਸਪੀਕਰ ਨੇ ਕੌਮੀ ਅਸੈਂਬਲੀ ਦੇ ਵਿੱਚ ਤਰੀਕ ਇਨਸਾਫ ਦਾ ਵਜੂਦ ਹੀ ਸਿਰੇ ਤੋਂ ਖਤਮ ਕਰ ਦਿੱਤਾ तमाम 80 ਅਰਾਕੀਨ ਨੂੰ ਜਿਹੜੇ ਉਹ ਪਹਿਲੇ ਦਿਨ ਆਜ਼ਾਦ ਜਿੱਤ ਕੇ ਆਏ ਸੀ ਫੈਜ਼ ਨੈਟਵਰਕ ਦੇ ਜ਼ਰੀਏ ਔਰ ਉਹਨਾਂ ਨੂੰ ਦੁਬਾਰਾ ਅੱਜ ਸਪੀਕਰ ਨੇ ਸੁੰਨੀ ਇਤਹਾਦ ਕੌਂਸਲ ਦਾ ਨਾਮ ਜਿਹੜਾ ਉਹਦੇ ਦਿੱਤਾ ਸਪੀਕਰ ਸੈਕਟਰੀਟ ਸੈਕਟਰੀਏਟ ਨੇ ਜਿਹੜੀ ਲਿਸਟ ਜਾਰੀ ਕੀਤੀ ਹੈ ਪਾਰਟੀ ਪੋਜੀਸ਼ਨ ਦੀ ਅੱਜ ਤਾਜ਼ਾ ਲਿਸਟ ਉਸ ਲਿਸਟ ਦੇ ਵਿੱਚ ਤਰੀਕ ਇਨਸਾਫ ਨੂੰ ਹਟਾ ਕੇ ਖਤਮ ਕਰਕੇ ਉਹਦਾ ਵਜੂਦ ਹੀ ਖਤਮ ਕਰਕੇ ਸੁੰਨੀ ਇਤਹਾਦ ਕੌਂਸਲ ਨੂੰ 80 ਸੀਟਾਂ ਜਿਹੜੀਆਂ ਨੇ ਉਹ ਜਿਹੜੀਆਂ ਉਹਨਾਂ ਹਲਫਨਾਮੇ ਪਹਿਲੇ ਦਿਨ ਜਮ੍ਹਾਂ ਕਰਾਈ ਸੀ ਉਦੇ ਮੁਤਾਬਕ ਸਪੀਕਰ ਨੇ ਉਹ ਬਹਾਲ ਕਰਕੇ ਤੇ ਨਵੀਂ ਲਿਸਟ ਜਾਰੀ ਕਰ ਦਿੱਤੀ ਯਾਨੀ ਕਿ ਤਰੀਕ ਇਨਸਾਫ ਦਾ ਵਜੂਦ ਔਰ ਨਾਮ ਨਿਸ਼ਾਨ ਖਤਮ ਕਰ ਦਿੱਤਾ ਗਿਆ ਇਸ ਤੋਂ ਪਹਿਲੇ ਸੁਪਰੀਮ ਕੋਰਟ ਨੇ ਦੇ 8 ਮੋਰੀ ਜੱਜਾਂ ਨੇ ਕਿਹਾ ਸੀ ਕਿ 39 ਬੰਦੇ ਜਿਹੜੇ ਨੇ 39 ਉਹ ਤਰੀਕ ਇਨਸਾਫ ਦੇ ਬਣਾ ਦਿਓ ਤੇ ਬਾਕੀ 41 ਜਿਹੜੇ ਨੇ ਉਹਨਾਂ ਨੂੰ ਸੁਨੀ ਤਹਾਦ ਕੌਂਸਲ ਦਾ ਰਹਿਣ ਦਿਓ ਠੀਕ ਮਤਲਬ ਕਿ ਤੁਸੀਂ ਅੰਦਾਜ਼ਾ ਲਾ ਲਓ ਨਾ ਬੇਨਾਂ ਦੀ ਮੁਹੱਬਤ ਚੈੱਕ ਕਰੋ ਤੁਸੀਂ ਕਿ ਇਹ ਲੇਕਿਨ ਸਪੀਕਰ ਨੇ ਛੱਕਾ ਮਾਰ ਕੇ ਸੁਪਰੀਮ ਕੋਰਟ ਦੇ ਮੋਰੇ ਜੱਜਾਂ ਨੂੰ ਨੰਗਾ ਕਰ ਦਿੱਤਾ ਔਰ ਪਾਰਲੀਮੈਂਟ ਦੇ ਬਣਾਏ ਗਏ ਕਾਨੂੰਨ ਤੇ ਅਮਲ ਦਰਾਮਦ ਕਰਕੇ ਜੱਜਾਂ ਨੂੰ ਦੱਸ ਦਿੱਤਾ ਕਿ ਪਾਰਲੀਮੈਂਟ ਜਿਹੜੀ ਹੈ ਉਹ ਸੁਪਰੀਮ ਹੈ ਇਹ ਹੁਣ ਇਲੈਕਸ਼ਨ ਕਮਿਸ਼ਨ ਜਿਹੜਾ ਇਹਦੇ ਕੋਲ ਜਿਹੜਾ ਕੱਲ ਦਾ ਖਤ ਗਿਆ ਸਪੀਕਰ ਦਾ ਕਿ ਨੋਟੀਫਿਕੇਸ਼ਨ ਜਾਰੀ ਕੀਤੇ ਜਾਣ ਉਹ 22 ਨਿਸ਼ਿਸ਼ਤਾਂ ਜਿਹੜੀਆਂ ਨੇ ਹਕੂਮਤੀ ਇਤਿਹਾਦ ਦੀਆਂ ਔਰ ਉਹ ਹਕੂਮਤੀ ਇਤਿਹਾਦ ਨੂੰ ਵਾਪਸ ਕੀਤੀਆਂ ਜਾਣ ਐ ਆਈਨ ਔਰ ਕਾਨੂੰਨ ਦੇ ਮੁਤਾਬਕ ਤੇ ਇਹ ਇਲੈਕਸ਼ਨ ਕਮਿਸ਼ਨ ਜਿਹੜਾ ਮੇਰੇ ਖਿਆਲ ਦੇ ਮੁਤਾਬਕ ਇਹ ਉਹ ਕੋਈ ਆਪਣੇ ਜਿਹੜੇ ਉਹਨਾਂ ਦੇ ਆਇਨੀ ਮਹਿਰੀਨ ਨੇ ਉਹਨਾਂ ਦੇ ਨਾਲ ਗੁਫ਼ਤੋਸ਼ਨੀਦ مشورہ ਕਰ ਰਹੇ ਨੇ ਤੇ ਹੋ ਸਕਦਾ ਅੱਜ ਜਾਂ ਕੱਲ ਇੱਕ ਖਾਤਾ ਜਿਹੜਾ ਇਹ ਸਿੱਧਾ 15 ਹੋ ਜਾਏ ਅੱਗੇ ਜਨਾਬ ਤੁਸੀਂ ਆਓ ਸ਼ਬਾਜ਼ ਗਿਲ ਦੀ بیبی ਨਿਕਲ ਗਈ ਇਹ ਸ਼ਬਾਜ਼ ਗਿਲ ਪਾਕਿਸਤਾਨ ਦਾ ਸਭ ਤੋਂ ਗੰਦਾ ਔਰ ਪਰਾ ਗੰਦਾ ਦੰਦਾ ਜਿਹਦਾ ਨਾਂ ਸ਼ਬਾਜ਼ ਗਿਲ ਹੈ ਅੱਜ ਕੱਲ ਅਮਰੀਕਾ ਫਰਾਰ 50 ਲੱਖ ਰੁਪਇਆ ਦੇ ਕੇ اسلام آباد ਹਾਈ ਕੋਰਟ ਦੇ ਇੱਕ ਜੱਜ ਅਤਰ ਮਨਲਾ ਦੇ ਸ਼ਗਿਰਦ ਨੂੰ ਤੇ ਇਹ ਪਾਕਿਸਤਾਨ ਤੋਂ ਨਸਿਆ ਜ਼ਮਾਨਤ ਕਰਾ ਕੇ 1 ਮਹੀਨੇ ਦੀ ਔਰ ਉਸ ਤੋਂ ਬਾਅਦ ਇਹ ਵਾਪਸ ਨਹੀਂ ਆਇਆ ਇਹਦੇ ਤੇ سنگੀਨ ਗਰਦਾਰੀ ਕੇਸ ਹੈ ਪਾਕਿਸਤਾਨ ਦੇ ਵਿੱਚ ਇਹਦੇ ਕੋਲੋਂ ਸੈਟਲਾਈਟ ਫੋਨ ਫੜਿਆ ਗਿਆ ਸੀ ਜੇ ਜਿਹਦੇ ذریعے ਇਹ ਫੈਜ਼ ਉਮੀਦ ਨਾਲ ਰابطੇ ਦੇ ਵਿੱਚ ਸੀ ਔਰ ਭਾਰਤੀ ਖੁਫੀਆ ਏਜੰਸੀ ਰਾਦ ਨਾਲ ਰابطੇ ਦੇ ਵਿੱਚ ਸੀ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਐ ਮੰਜ਼ਰੇ ਆਮ ਤੇ ਆ ਚੁੱਕੀਆਂ ਨੇ ਐ سنگੀਨ ਗਰਦਾਰੀ ਕੇਸ ਅਸ਼ਬਾਜ਼ ਗਿਲ ਦੇ ਵਿੱਚ ਤੇ ਇਹ ਅਮਰੀਕਾ ਫਰਾਰੇ ਇਹਦੀ ਬੀਬੀ ਜਿਹੜੀ ਆ ਉਹ ਨਿਕਲ ਗਈ ਆ ਏ ਤੁਹਾਨੂੰ ਪਤਾ ਹੈ ਕਿ ਇਹ ਇਹ ਨਜ਼ੀਰ ਜੱਟ اور ਪੀਨੋ ਮਾਛਨ ਦੇ ਮਲਾਪ ਦੇ ਵਿੱਚੋਂ ਇਹ 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 ਨਿਕਲਿਆ ਸੀ ਔਰ ਸ਼ਨਾਖਤੀ ਕਾਰਡ ਤੇ ਬਲਦੀਅਤ ਹੀ ਕੋਈ ਨਹੀਂ। ਇਹ ਇੱਕ ਦਫਾ ਮੋਰੀ 420 ਦੇ ਗਰੁੱਪ ਤੇ ਵਿੱਚ ਜਦੋਂ ਪੰਜਾਬ ਵਿੱਚ ਬਲਦੀਆਤੀ ਇنتਖਬਾਤ ਹੋ ਰਿਹਾ ਸੀ ਤੇ ਇਹਨੇ ਫੈਸਲਾਬਾਦ ਦੇ ਕਿਸੇ ਇਲਾਕੇ ਦੇ ਵਿੱਚੋਂ ਨਾ ਬਲਦੀਆਤੀ ਇਲੈਕਸ਼ਨ ਲੜਨ ਵਾਸਤੇ ਫਾਰਮ ਜਮ੍ਹਾਂ ਕਰਾਏ। ਜਿਹੜੇ ਕਾਗਜ਼ਾਤ ਤੇ ਨਾਮਜ਼ਦਗੀ ਹੁੰਦੇ ਨੇ। ਉਹਦੇ ਤੇ ਬਲਦੀਤ ਵਾਲੇ ਖਾਨੇ ਤੇ ਲਿਖੀ ਕੋਈ ਸ਼ਾਇ ਨਹੀਂ ਅੱਜ ਤੱਕ ਉਹ ਬਲਦੀਤਲਾ ਖਾਨਾ ਖਾਲੀ ਹੈ ਅੱਜ ਤੱਕ ਬਲਦੀਤ ਨਹੀਂ ਲਿਖਿਆ ਹੈ ਹੀ ਨਹੀਂ ਤੇ ਲਿਖਣੀ ਕੀ ਹੈ ਕਿਉਂਕਿ ਰੋਲਾ ਦਿਓ ਪੀਨੋ ਮਦਸ਼ੰਤ ਨਜ਼ੀਰ ਜੱਟ ਵਾਲਾ ਸੀ ਵਿੱਚੋਂ ਇਹ ਫੁਰਕੇ ਬਾਹਰ ਆ ਗਿਆ ਪਿਆਰ ਮੁਹੱਬਤ ਵਿੱਚ ਤੇ ਉਸ ਤੋਂ ਬਾਅਦ ਫਿਰ ਇਹ ਅ ਇਸਲਾਮਾਬਾਦ ਦੇ ਵਿੱਚ ਇੱਕ ਯੂਨੀਵਰਸਿਟੀ ਹੈ ਇਸਲਾਮੀਆਂ ਯੂਨੀਵਰਸਿਟੀ ਅ ਉਹਦੇ ਵਿੱਚ ਇੱਕ ਕਲਰਕ ਭਰਤੀ ਹੋਇਆ ਅ ਉੱਥੇ ਫਿਰ ਇੱਕ ਸਟੂਡੈਂਟ ਦੇ ਨਾਲ ਇਹਨੇ ਗਲਤ ਕੰਮ ਕੀਤਾ ਫਸਾ ਕੇ ਉਹਦੇ ਅੰਦਰ ਯੂਥੀਆ ਠਹਿਰ ਗਿਆ ਇਹਨੂੰ ਜਦੋਂ ਪਤਾ ਲੱਗਾ ਕਿ ਯੂਥੀਆ ਠਹਿਰ ਗਿਆ ਇਹ ਮਲੇਸ਼ੀਆ ਨਸ ਗਿਆ ਮਲੇਸ਼ੀਆ ਤੋਂ ਫਿਰ ਡੰਕੀ ਲਾ ਕੇ ਦੂ ਤਿੰਨ ਸਾਲਾਂ ਦੇ ਵਿੱਚ ਇਹ ਅਮਰੀਕਾ ਰਿੱਡ ਦਾ ਖਿੱਡਦਾ ਡੰਕੀਆਂ ਲਾ ਕੇ ਪਾਸਪੋਰਟ ਬਦਲ ਕੇ ਪੈਸੇ ਏਜੰਟਾਂ ਨੂੰ ਲਾ ਲੂ ਕੇ ਇਹ ਅਮਰੀਕਾ ਪਹੁੰਚ ਜਾਂਦਾ ਤੇ ਅਮਰੀਕਾ ਦੇ ਵਿੱਚ ਜਾ ਕੇ ਇਹਨੇ ਫਿਰ ਪਨਾਹ ਟਾਈਪ ਕੋਈ ਚੀਜ਼ ਜਿਹੜੀ ਆ ਉਹ ਲੈ ਲਈ ਹੁਣ ਮਾਮਲਾ ਕੀ ਹੈ ਇਹ ਹੁਣ ਜਨਾਬ ਜਦੋਂ ਅ ਅਮਰੀਕਾ ਪਹੁੰਚ ਜਾਂਦਾ ਉਸ ਤੋਂ ਬਾਅਦ ਇਹ ਇੰਟਰਨੈਟ ਦੇ ਉੱਤੇ ਪਾਕਿਸਤਾਨ ਦੇ ਵਿੱਚੋਂ ਇੱਕ ਕੁੜੀ ਫਸਾ ਲਿੰਦਾ ਸਟੂਡੈਂਟ ਇੰਟਰਨੈਟ ਤੇ ਠੀਕ ਹੋ ਗਿਆ ਇਹ ਫਸਾ ਲਿੰਦਾ ਉਹਦੇ ਨਾਲ ਪੂਰੀ ਇਹਨਾਂ ਵਾਰਦਾਤ ਇੰਟਰਨੈਟ ਤੇ ਪਾ ਲਿੰਦਾ ਉਹ ਪੜਦੀ ਸੀ ਤੇ ਉਹ ਸਕਾਲਰਸ਼ਿਪ ਜਿਹੜੀ ਹੈ ਉਹ ਲੱਭ ਰਹੀ ਸੀ ਇਹਦੇ ਦੌਰਾਨ ਹੀ ਫਿਰ ਮੋਰੀ 420 ਦੀ ਹਕੂਮਤ ਆ ਜਾਂਦੀ ਔਰ ਇਹ ਇੱਕ ਕੁੜੀ ਜਿਹੜੀ ਹੈ ਇਹਨੂੰ ਇਹ ਸਕਾਲਰਸ਼ਿਪ ਦਵਾ ਕੇ ਅਮਰੀਕਾ ਬੁਲਾ ਲਿੰਦਾ ਤੇ ਅਮਰੀਕਾ ਦੇ ਵਿੱਚ ਜਦੋਂ ਆਂਦੀ ਹੈ ਤੇ ਉਹਦੇ ਨਾਲ ਉੱਥੇ ਕਰ ਲੈਂਦਾ ਵਿਆਹ ਤੇ ਉਹਦੇ ਵਿੱਚੋਂ ਇਹਦੇ ਨੇ ਹੁਣ ਤਰੇ ਬੱਚੇ ਇਹ ਹੁਣ ਵਾਰਦਾਤ ਕੀ ਪੈਂਦੀ ਹੈ ਖਬਰ ਕੀ ਹੈ ਇਹਨਾਂ ਦੇ ਜਿਹੜੇ ਆਪਣੇ ਵਟਸਐਪ ਗਰੁੱਪ ਨੇ ਤਰੀਕ ਇਨਸਾਫ ਦੇ ਅਮਰੀਕਾ ਦੇ ਵਿੱਚ ਉੱਥੋਂ ਇਹ ਖਬਰ ਨਿਕਲਦੀ ਹੈ ਕਿ ਸ਼ਬਾਜ਼ ਗਿੱਲ ਦੀ ਬੀਬੀ ਜਿਹੜੀ ਹੈ ਉਹ ਕਰੋ ਬੱਚੇ ਛੱਡ ਕੇ ਦੌੜ ਗਈ ਹੈ ਐ ਉਹਦੀ ਵਜ੍ਹਾ ਇਹ ਦੱਸਦੇ ਨੇ ਉਹ ਵਟਸਐਪ ਗਰੁੱਪ ਜਿਹੜੀ ਗੱਲਾਂ ਇਹਨਾਂ ਦੀ ਆਪਸ ਦੇ ਵਿੱਚ ਵੀ ਤੇ ਉੱਥੇ ਪੈਸਿਆਂ ਤੋਂ ਮਾਈਆਂ ਤੋਂ ਬੜੀਆਂ ਲੜਾਈਆਂ ਔਰ ਝਗੜੇ ਹੁੰਦੇ ਨੇ ਅਮਰੀਕਾ ਦੇ ਵਿੱਚ ਤੁਹਾਡੀ ਸੋਚ ਉਤੇ 6-7 ਮਾਈਆਂ ਨੇ ਉਹ ਬੜੀਆਂ ਅਮੀਰ ਨੇ ਇੱਕ ਮਾਈ ਨੇ ਤੇ ਆਪਣੇ ਘਰ ਦੇ ਵਿੱਚ ਉਹ ਬਣਾਇਆ ਨਾ ਮੰਦਿਰ ਵੀ ਜਿਹਦੇ ਤੇ ਮੈਂ ਦੱਸਿਆ ਨਹੀਂ ਸੀ ਤੁਹਾਨੂੰ ਕਿ ਪੂਜਾ ਕਰਦੇ ਨੇ ਮੋਰੇ ਦੀ ਤਸਵੀਰ ਰੱਖ ਕੇ ਤੇ ਸਜਦੇ ਤੇ ਪੂਜਾ ਤੇ ਪਾਠ ਤੇ ਸਾਰਾ ਕੁਝ ਜਿਹੜਾ ਉਹ ਕਰਦੇ ਨੇ ਤੇ ਉਹ ਮੈਂ ਤੂੰ ਹੀ ਜੋ ਕੁਛ ਐ ਤੂੰ ਹੀ ਸਾਡਾ ਖੁਦਾ ਐ ਤੂੰ ਹੀ ਦਬੀ ਐ ਤੂੰ ਹੀ ਸਾਰਾ ਕੁਛ ਜੋ ਦੇਣਾ ਤੂੰ ਦੇਣਾ ਉਹ ਉਹਨਾਂ ਦੀ ਮੈਂ ਗੱਲ ਕਰ ਰਿਹਾ ਹਾਂ ਉਹਨਾਂ ਦੇ ਵਿੱਚੋਂ ਇੱਕ ਮਾਈ ਨੇ ਫਸਾ ਲਈ ਉਹ ਬੜੀ ਅਮੀਰ ਅਰਬ ਪਤੀ ਐ ਤੇ ਉਹਦੇ ਨਾਲ ਇੱਕ ਕਰਦਾ ਇੰਜੁਆਏ ਪੈਸਾ ਵੀ ਮਤਲਬ ਕਿ ਸਾਰਾ ਸਾਖਤਾਬ ਤੇ ਇੰਜੋਏ ਵੀ ਤੇ ਸਾਰੀ ਗੇਮ ਜਿਹੜੀ ਉਤਾਂ ਉਹ ਹੁਣ ਕੁਝ ਚੀਜ਼ਾਂ ਜਿਹੜੀਆਂ ਨੇ ਇਹਦੀਆਂ ਉਸ ਮਾਈ ਦੇ ਨਾਲ WhatsApp ਗਰੁੱਪਾਂ ਦੇ ਵਿੱਚ ਆਪਸ ਵਿੱਚ ਇਹ ਲੀਕ ਕਰਦੇ ਰਹਿੰਦੇ ਨੇ ਉਹ ਲੀਕ ਹੁੰਦੇ ਆਉਂਦੇ ਆਉਂਦੀ ਬੀਬੀ ਕੋਲ ਪਹੁੰਚ ਜਾਂਦੀ ਆ ਉਹ ਪਤਾ ਕੀ ਲੱਗਦਾ ਹੈ ਬਸ਼ਵਾਜ਼ ਗਿਲ ਉਧਰ ਮਸਰੂਫ ਸੀ ਬੀਬੀ ਉਹਦੀ ਇੱਕ ਹੋਰ ਯੂਥ ਸੀ ਇਹਦੇ ਨਾਲ ਫਸ ਚੁੱਕੀ ਸੀ ਸ਼ਬਾਜ਼ ਗਿਲ ਜਿਹੜਾ ਉਹ ਟੈਕਸਸ ਦੇ ਵਿੱਚ ਉਹ ਜਿਹੜੀ ਅਮੀਰ ਮਾਈ ਹੈ ਉਹ ਜਿਹੜੇ 2 300 ਏਕੜ ਜ਼ਮੀਨ ਵੀ ਉੱਥੇ ਤੇ ਫਾਰਮ ਹਾਊਸ ਵੀ ਤੇ ਪੂਰੇ ਉਹਨੇ ਉੱਥੇ ਮੰਦਰ ਤੇ ਪਤਾ ਨਹੀਂ ਕੀ ਕੀ ਹੈ। ਉਧਰ ਲੱਗਾ ਰਿਆ ਇਹਦਾਂ ਬੀਬੀ ਜਿਹੜੀ ਆ ਉਹ ਇੱਕ ਹੋਰ ਯੂਥੀ ਨਾਲ ਲੋਕਲ ਨਾਲ ਫਸ ਗਈ। ਉਹ ਕੋ ਲੋਕਲ ਸਦਰ ਇਹਨਾਂ ਦਾ ਸ਼ਹਿਰ ਦਾ ਪਤਾ ਨਹੀਂ ਵਾਸ਼ਿੰਗਟਨ ਦਾ ਜਾਂ ਕਿੱਥੋਂ ਦਾ। ਉਹਦੇ ਨਾਲ ਫਸ ਗਈ। ਉਹਦੀਆਂ ਦੋ ਤਰਾ ਦੁਕਾਨਾਂ ਨੇ ਉੱਥੇ। ਤੇ ਸ਼ਵਾਜ ਗੱਲ ਉਧਰ ਫਸਿਆ ਇਹ ਇੱਧਰ ਫਸ ਗਏ। ਉਹ ਜਦੋਂ ਲੀਕ ਹੁੰਦੀਆਂ ਨੇ ਬੀਬੀ ਜਿਹੜੀ ਉਸ ਬੱਚੇ ਛੱਡੇ ਤੇ ਉਹ ਦੂਜੇ ਯੂਥੀ ਇਹਦੇ ਨਾਲ ਜਿਹੜਾ ਉਹ ਫਰਾਰ ਹੋ ਗਈ। ਇਹ ਉਹਨਾਂ ਦੇ ਆਪਣੇ WhatsApp ਗਰੁੱਪਾਂ ਦੇ ਵਿੱਚੋਂ ਇਹ ਸਾਰੀ ਐਸ ਵਕਤ ਜਲਾ ਮੱਚੀ ਕਿ ਸ਼ਬਾਜ਼ ਗਿਲ ਦੀ ਬੀਬੀ ਜਿਹੜੀ ਆ ਉਹ ਨਿਕਲ ਗਈ ਹੈ ਔਰ ਨਿਕਲਣ ਦੀ ਵਜ੍ਹਾ ਇਹ ਹੋਏ ਕਿ ਇਹਨੇ ਉਹ ਟੈਕਸਸ ਵਾਲੀ ਬੁੱਢੀ ਮਾਈ ਜਿਹੜੀ ਆ ਅਮੀਰ ਖਰਪਤੀ ਉਹਨੂੰ ਫਸਾ ਲਿਆ ਔਰ ਉਹਦੇ ਨਾਲ ਇਹਦੀਆਂ ਕੁਝ ਵੀਡੀਓ ਤਸਵੀਰਾਂ ਇਹ ਉਹ ਖਾਤਾ ਜਿਹੜਾ ਉਹ ਲੀਕ ਹੋਇਆ ਤੇ ਉਹ ਬੀਬੀ ਤੱਕ ਜਦੋਂ ਪਹੁੰਚਿਆ ਨੇ ਬੀਬੀ ਪਹਿਲੇ ਹੀ ਤਿਆਰ ਸੀ ਕਿਸੇ ਹੋਰ ਨਾਲ ਨਸਮ ਦੇ ਤੇ ਜਰੀ ਗੱਲ ਹੈ ਬੁਰੇ ਕੰਮ ਦਾ ਬੁਰਾ ਹੀ ਨਤੀਜਾ ਤੇ ਉਹ ਤਰੇ ਬੱਚੇ ਛੱਡ ਕੇ ਤੇ ਆਪਣੇ ਯੁੱਥੀਏ ਆਸ਼ਨਾ ਦੇ ਨਾਲ ਉਹ ਫਰਾਰ ਹੋ ਗਈ ਲੱਗਦੀ ਇੰਜ ਲੱਗਦਾ ਇੰਜ ਹੀ ਉਹ ਕੋਈ ਪਿੰਕੀ ਪੀਰਨੀ ਦੀ ਸ਼ਗird ਸੀ ਜਿਹੜੀ ਗਿੱਲੂ ਨੂੰ ਛੱਡ ਕੇ ਨਸ ਗਈ ਅੱਛਾ ਜੀ ਅੱਗੇ ਉਹ ਸਦਰ ਜ਼ਰਦਾਰੀ ਨੇ ਖੜਾਕ ਕਰ ਦਿੱਤਾ ਸਪੀਕਰ ਯਾਦ ਸਾਧਕ ਤੋਂ ਬਾਅਦ ਸਦਰ ਜ਼ਰਦਾਰੀ ਨੇ ਕਮਾਲ ਕੀਤਾ ਅੱਜ ਸਦਰ ਜ਼ਰਦਾਰੀ ਨੇ ਪ੍ਰੈਕਟਿਸ ਐਂਡ ਪ੍ਰੋਸੀਜਰ ਐਕਟ ਕਾਨੂੰਨ ਤਰਮੀਮ ਸ਼ੁਦਾ ਕਾਨੂੰਨ ਦੇ ਉੱਤੇ ਦਸਖਤ ਕਰ ਦਿੱਤੇ ਔਰ ਇਹ ਐਕ ਜਿਹੜਾ ਅੱਜ ਤੋਂ ਹੀ ਲਾਗੂ ਹੋ ਚੁੱਕਿਆ ਹੈ ਇਹਦੀ ਵਜਵਾਦ ਕੀ ਨੇ ਕਿ ਸੁਪਰੀਮ ਕੋਰਟ ਦੇ ਵਿੱਚ ਇੱਕ ਕਾਨੂੰਨ ਬਣਾਇਆ ਗਿਆ ਪ੍ਰੈਕਟਿਸ ਐਂਡ ਪ੍ਰੋਸੀਜਰ ਦਾ ਜਿਹਦੇ ਵਿੱਚ ਕਿ ਕੋਈ ਵੀ ਜਿਹੜਾ ਸੋ ਮੋਟੋ ਜਾਂ ਕੋਈ ਵੀ ਕੇਸ ਜਿਹੜਾ ਸੁਪਰੀਮ ਕੋਰਟ ਦੇ ਵਿੱਚ ਲੱਗਣਾ ਹੈ ਉਹ ਤਰਹ ਰੁਕਣੀ ਕਮੇਟੀ ਜਿਹੜੀ ਹੈ ਉਹ ਤੈਅ ਕਰੇਗੀ ਯਾਨੀ ਕਿ ਚੀਫ ਜਸਟਿਸ ਤੇ ਉਹਦੇ ਨਾਲ ਦੋ ਸੀਨੀਅਰ ਮੋਸਟ ਜੱਜ ਇਹਨਾਂ ਚੀਫ ਜਸਟਿਸ ਦੇ ਨਾਲ ਜਿਹੜੇ ਦੋ ਸੀਨੀਅਰ ਮੋਸਟ ਜੱਜ ਨੇ ਇਕ ਤੇ मंसूर ਅਲੀ ਸ਼ਾ ਹੋ ਗਿਆ ਦੂਸਰਾ ਜਿਹੜਾ ਮਨੀਬ ਬਖਤਰ ਹੈ ਉਹ ਤੁਹਾਨੂੰ ਪਤਾ ਹੋ ਖਾਤੇ ਹੀ ਖਤਮ ਠੀਕ ਹੈ ਨਾ ਤੇ ਉਹ ਬੜੀਆਂ ਰਿਕਾਫਟਾਂ ਪੈਦਾ ਹੋ ਰਹੀਆਂ ਸੀ ਔਰ ਚੀਫ ਜਸਟਿਸ ਅਕਲੀਅਤ ਦੇ ਜੋ ਚੁੱਕਿਆ ਸੀ ਔਰ ਉਹ ਦੋ ਅਕਸਰੀਅਤ ਦੇ ਚੋ ਚੁੱਕੇ ਜੀ ਚੀਫ ਜਸਟਿਸ ਦੀ ਵੈਲਿਊ ਤੇ ਇੰਜ ਹੀ ਸੀ ਜਿਵੇਂ ਮਾਨਨਪਨ ਵਾਲਾ ਉਹ ਕੁਝ ਕਰ ਵੀ ਨਹੀਂ ਸੀ ਸਕਦਾ ਕਿਉਂਕਿ ਕਾਨੂੰਨ ਸੀ ਹੁਣ ਹਕੂਮਤ ਨੇ ਉਸ ਕਾਨੂੰਨ ਦੇ ਵਿੱਚ ਤਬਦੀਲੀ ਕੀਤੀ ਹੈ ਕਿ ਚੀਫ ਜਸਟਿਸ ਔਰ ਉਹਦੇ ਨਾਲ ਇੱਕ ਸੀਨੀਅਰ ਮੋਸਟ ਯਾਨੀ ਕਿ ਮਨਸੂਰ ਅਲੀ ਸ਼ਾ ਤੇ ਨਾਲ ਤੀਸਰਾ ਜਿਹੜਾ ਬੰਦਾ ਹੋਏਗਾ ਉਹ ਚੀਫ ਜਸਟਿਸ ਆਪਣੀ ਮਰਜ਼ੀ ਦਾ ਕੋਈ ਜੱਜ ਜਿਹੜਾ ਉਹ ਚੁਗ ਕੇ ਤੇ ਉਸ ਕਮੇਟੀ ਦੇ ਵਿੱਚ ਰੱਖੇਗਾ ਉਸ ਦਿਨ ਜਿਸ ਦਿਨ ਕੋਈ ਵੀ ਫੈਸਲਾ ਕਰਨਾ ਹੋਏਗਾ ਤੇ ਉਹ ਫਿਰ ਚੀਫ ਜਸਟਿਸ ਨੂੰ ਜਰਾ ਥੋੜੀ ਜੀ ਆਸਾਨੀ ਵੀ ਹੋਏਗੀ ਥੋੜੀ ਜੀ ਇਹ ਇਸ ਗੱਲ ਦਾ ਅਹਿਸਾਸ ਵੀ ਹੋਏਗਾ ਕਿ ਅਸੀਂ ਅਕਸਰियत 'ਚ ਹਾਂ ਤੇ ਸਾਨੂੰ ਕੋਈ ਐਸਾ ਮਸਲਾ ਨਹੀਂ ਤੇ ਇਹ ਬਹੁਤ ਵੱਡਾ ਖੜਾਕ ਜ਼ਰਦਾਰੀ ਸਾਹਿਬ ਨੇ ਇਹ ਪ੍ਰੈਕਟਿਸ ਐਂਡ ਪ੍ਰੋਸੀਜਰ ਐਕਟ ਦੇ ਵਿੱਚ ਤਰਮੀਮ ਕਰਕੇ ਜਿਹੜਾ ਨਵਾਂ ਬਣਾਇਆ ਗਿਆ ਉਹਦੇ ਤੇ ਅੱਜ ਦਸਖਤ ਫਰਮਾ ਦਿੱਤੇ ਨੇ ਔਰ ਚੀਫ ਜਸਟਿਸ ਕਾਜ਼ੀ ਫਾਇਜ਼ ਈਸਾ ਅ ਦੀ ਜਿਹੜੀ ਤਾਕਤ ਸੀ ਜਿਹੜੀ ਕਿ ਖੁਦ ਹੀ ਉਹਨੇ ਛੱਡੀ ਸੀ ਉਹਨੂੰ ਦੁਬਾਰਾ ਬਹਾਲ ਕਰ ਦਿੱਤਾ ਕਿ ਤੁਸੀਂ ਜਰਾ ਆਜ਼ਾਦਾਨਾ ਤੌਰ ਤੇ ਇਸ ਵਾਰਿਸ ਦੇ ਨਾਲ ਲੜ ਸਕਦੇ ਹੋ ਇਹ ਵੀ ਬਹੁਤ ਵੱਡੀ ਚਪੇੜ ਮੋਰਿਆਂ ਦੇ ਉੱਤੇ ਔਰ ਚੀਫ ਜਸਟਿਸ ਆਸਤੇ ਇਹ ਅੱਛੀ ਖਬਰ ਹੈ ਤਾਂ ਕਿ ਉਹ ਕਮਜ਼ ਕਮ ਮਹੀਨਾ ਜਾਂ ਸਵਾ ਮਹੀਨਾ ਉਹਦਾ ਰਹਿ ਗਿਆ ਉਹਦੇ ਵਿੱਚ ਤੇ ਕੋਈ ਅੱਛੇ ਕੰਮ ਜਿਹੜਾ ਉਹ ਕਰ ਸਕਦਾ ਤੇ ਇਹ ਸਿੱਧਾ-ਸਿੱਧਾ ਚੀਫ ਜਸਟਿਸ ਨੂੰ ਫਾਇਦਾ ਹੋਏਗਾ ਔਰ ਆਜ਼ਾਦਾਨਾ ਤੌਰ ਤੇ ਫੈਸਲੇ ਕਰੇਗਾ ਲੇਕਿਨ ਲਾਹੌਰ ਦੇ ਵਿੱਚ ਜਲਸਾ ਜਿਹੜਾ ਉਹਦੇ ਬਾਰੇ ਕਾਫੀ ਚੀਜ਼ਾਂ ਚੱਲ ਰਹੀਆਂ ਨੇ ਕੁਝ ਗ੍ਰਿਫਤਾਰੀਆਂ ਵੀ ਚੱਲੀਆਂ ਨੇ ਕੁਝ ਰੰਦਾ ਵੀ ਫਿਰਿਆ ਇਹ ਲਾਹੌਰ ਹਾਈ ਕੋਰਟ ਤੱਕ ਵੀ ਗਿਆ ਲੇਕਿਨ ਲਾਹੌਰ ਹਾਈ ਕੋਰਟ ਨੇ ਇਹ ਫਰਮਾ ਦਿੱਤਾ ਕਿ ਕਮਿਸ਼ਨਰ ਲਾਹੌਰ ਜਿਹੜਾ ਉਹੀ ਫੈਸਲਾ ਕਰ ਸਕਦਾ ਜਾਂ ਡੀਸੀ ਹੀ ਫੈਸਲਾ ਕਰ ਸਕਦਾ ਹੈ ਤੇ ਇਹ ਵੇਖੋ ਕਿ ਲਾਹੌਰ ਜਲਸੇ ਦੇ ਵਿੱਚ ਨੰਨ ਉਹ ਇਜਾਜ਼ਤ ਮਿਲਦੀ ਹੈ ਜਾਂ ਨਹੀਂ ਮਿਲਦੀ ਇਹ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ ਤੁਹਾਨੂੰ ਤੇ ਮਤਲਬ ਤੁਸੀਂ ਅੰਦਾਜ਼ਾ ਲਾਓ ਨਾ ਮੈਂ ਜਲਸਾ ਲਾਹੌਰੇ ਚ ਤੇ ਬੰਦੇ ਜਿਹੜੇ ਨੇ ਪਸ਼ਾਵਰ ਤੋਂ ਆਣੇ ਨੇ ਇਹ ਲਾਹੌਰ ਦੇ ਵਿੱਚ ਬੰਦੇ ਕੋਈ ਨਹੀਂ ਤਰੀਕ ਇਨਸਾਫ ਦੇ ਜਾਂ ਪੰਜਾਬ ਜਿਹੜਾ ਇਹ 12 13 ਕਰੋੜ ਦੀ ਆਬਾਦੀ ਇੱਥੇ ਕੋਈ ਤਰੀਕ ਇਨਸਾਫ ਦੀ سپورਟ ਨਹੀਂ ਮੈਂ ਬੰਦੇ ਉੱਥੇ ਆਉਣੇ ਨੇ ਜਲਸਾ ਬਣਾ ਰਹੇ ਪਾਕਿਸਤਾਨ ਪਰ ਉਹੀ ਦੋ 3000 ਜਿਹੜੇ ਪਠਾਨ ਆਉਣੇ ਨੇ ਤੇ ਬਾਕੀ ਆ ਸਰਮ ਜਵੇਦਾ ਇਹ ਉਹ ਕੱਠੇ-ਕੁੱਠੇ ਕਰਕੇ ਇੱਕ ਦੂਜੇ ਨੂੰ ਮਾਰ ਕੇ ਰਾਤ ਨੂੰ ਲਟਾਂ ਲਾ ਕੇ 20-30 ਹਜ਼ਾਰ ਦੇ ਪਠਾਨਾਂ ਦੇ ਮਜਬੇ ਨੂੰ 10-15 ਹਜ਼ਾਰ ਵਹਾ ਕੇ ਕਿ ਆਓ ਜਿੱਤ ਗਿਆ ਜਿੱਤ ਗਿਆ ਜਿੱਤ ਗਿਆ ਜਿੱਤ ਗਿਆ ਮਤਲਬ ਜਲਸਾ ਲਾਹੌਰ ਹੈ ਬੰਦੇ ਪਸ਼ਾਵਰ ਤੋਂ ਜਲਸਾ ਪਿੰਡੀ ਹੈ ਬੰਦੇ ਪਸ਼ਾਵਰ ਤੋਂ ਜਲਸਾ اسلام آباد ਹੈ ਬੰਦੇ ਪਸ਼ਾਵਰ ਤੋਂ ਇਹ ਪਸ਼ਾਵਰ ਦੇ ਕਿਹੜੇ ਬੰਦੇ ਨੇ ਜਿਹੜੇ ਛੁਪੇ ਨੇ ਇਹ ਇਹ ਪੈਪਾਂ ਦੇ ਵਿੱਚ ਜਿਹੜੇ ਨਿਕਲ ਕੇ ਆਉਂਦੇ ਨੇ ਇਹ ਉਹੀ ਨੇ ਅਫਗਾਨੀ ਬਸਤੀਆਂ ਜਿਨ੍ਹਾਂ ਦੇ ਆਰਡਰ ਹੋਏ ਨੇ ਕਿ ਤੁਸੀਂ ਮੁਲਕ ਛੱਡ ਜਾਓ ਤਬਾਰਲ ਇਹ ਅਗਲੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਨੇ ਆ ਕਿ ਇਹ ਜਲਸੇ ਦੇ ਬਾਰੇ ਕੀ ਫੈਸਲਾ ਡੀਸੀ ਸਾਹਿਬ ਲਾਹੌਰ ਕਰਦੇ ਨੇ ਜਾਂ ਕਮਿਸ਼ਨਰ ਲਾਹੌਰ ਕੀ ਕਰਦਾ ਤੇ ਸ਼ਿਬਾਜ਼ ਗਿੱਲ ਨਾਲ ਜਿਹੜਾ ਹੱਥ ਹੋਇਆ ਸਾਨੂੰ ਜ਼ਾਤੀ ਤੌਰ ਤੇ ਅਫਸੋਸ ਹੈ ਕਿ ਇਹ ਕਿਉਂ ਨਸੀਆ ਬੀਬੀ ਕਿਉਂ ਨਸੀ ਇਹ ਇਹ ਲਮਾ ਫਿਕਰੀ ਹੈ ਸ਼ਿਬਾਜ਼ ਗਿੱਲ ਸਾਹਿਬ ਤੁਹਾਡੇ ਆਸਤੇ ਬਹੁਤ ਸ਼ੁਕਰੀਆ